ਦੋਸਤੋ ਕਬੱਡੀ ਟੂਰਨਾਮੈਂਟ ਧਾਰਮਿਕ ਪ੍ਰੋਗਰਾਮ ਸੱਭਿਆਚਾਰਕ ਮੇਲਾ ਵਿਆਹ ਪਾਰਟੀ ਦੇ ਪ੍ਰੋਗਰਾਮ ਵਾਜਬ ਰੇਟ ਅਤੇ ਵਧੀਆ ਕੁਆਲਿਟੀ ਦੇ ਵਿੱਚ ਲਾਈਵ ਕਰਵਾਓ ਕਬੱਡੀ 4K ਲਾਈਵ ਤੋਂ ਸੰਪਰਕ 98768 88388 84373 77714 ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਜਿਵੇਂਖੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ 15000 ਤੋਂ ਕੱਟ ਦਨਖਾ ਲੈਣ ਵਾਲਿਆਂ ਲਈ ਕੇਂਦਰ ਵੱਲੋਂ ਆਈ ਵੱਡੀ ਖੁਸ਼ਖਬਰੀ ਜਲਦੀ ਚੱਕ ਲੋ ਫਾਇਦਾ ਤਾਂ ਆਇਆ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਜਿੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਜੇ ਤੁਸੀਂ ਵੀ ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਹੋ ਤੁਹਾਡੀ ਮਿਹਨਤ ਦਾ 15000 ਰੁਪਏ ਤੋ ਕਾਢਿਆ ਹੈ ਤਾਂ ਹਰ ਲਈ ਖੁਸ਼ਖਬਰੀ ਹੈ ਤੁਸੀਂ ਈ-ਸ਼ਰਮ ਪੋਰਟਲ ਤੇ ਆਪਣੇ ਰਜਿਸਟਰੀ ਕਰਵਾ ਸਕਦੇ ਹੋ ਇਸ ਨਾਲ ਕਿਸੇ ਵਿਦੁ ਘਟਨਾ ਤੇ ਬਿਮਾਰੀ ਦੌਰਾਨ ਖਰਚ ਦੀ ਚਿੰਤਾ ਤੋਂ ਮੁਕਤ ਹੋ ਸਕਦੇ ਹੋ ਈ-ਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਵਰਕਰ ਦੁਰਘਟਨਾਵਾਦੀ ਹਾਲ ਦੇ ਵਿੱਚ 2 ਲੱਖ ਬੀਮੇ ਦਾ ਹੱਕਦਾਰ ਹੋਏਗਾ ਪਰਿਵਾਰ ਨੂੰ ਸਲਾਣਾ 5 ਲੱਖ ਰੁਪਏ ਤੱਕ ਸੇ ਸੁਰੱਖਿਆ ਕਵਚ ਦੇਣ ਲਈ ਆਯੁਸ਼ਮਾਨ ਯੋਜਨਾ ਵਿੱਚ ਸ਼ਾਮਲ ਹੋ ਜਾਵੇਗਾ ਇਹ ਹੀ ਨਹੀਂ ਐਮਰਜੈਂਸੀ ਸਥਿਤੀ ਵਿੱਚ ਸਰਕਾਰ ਮਦਦ ਵੀ ਮਿਲੇਗੀ ਕਿਸੇ ਵੀ ਮਦਦ ਲਈ ਹਾਤ ਨਾ ਨੰਬਰ 143 ਜੋਂਤੇ ਸੰਪਰਕ ਕਰ ਸਕਦੇ ਹੋ ਉੱਥੇ www.gms.ashrmroadgovernment.in ਪੋਰਟਲ ਜ਼ਰੀਏ ਵੀ ਆਪਨੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਗੈਰ ਸੰਗਠਿਤ ਕਾਮਿਆਂ ਵਿੱਚ ਇਰਮਾਨ ਮਜ਼ਦੂਰ ਕੋਲ ਕੰਮੇ ਰਿਸ਼ਕਾ ਚਾਲਕ ਫੇਰੀ ਵਾਲੇ ਪਰਵਾਸੇ ਪਲੇਟਫਾਰਮ ਮਜ਼ਦੂਰ ਖੇਤੀ ਕਾਮੇ ਮਨਰੇਗਾ ਕੰਮੇ ਸਨੇ ਹਾਰਤਾਨ ਦੇ ਕੰਮੇ ਆਉਂਦੇ ਹਨ ਜਿਨ੍ਹਾਂ ਦੀ ਆਮਦਨ 15000 ਰੁਪਏ ਤੋਂ ਘੱਟ ਹੈ ਕਿਵੇਂ ਕਰੀਏ ਰਜਿਸਟ੍ਰੇਸ਼ਨ ਜੇ ਤੁਹਾਡਾ ਮੋਬਾਈਲ ਨੰਬਰ ਧਾਰਨਾ ਲਿੰਕ ਨਹੀਂ ਹੈ ਤਾਂ ਖੁਦ ਹੀ ਪੰਜੀਕਰਨ ਕਰ ਸਕਦੇ ਹੋ ਇਸ ਲਈ ਤੁਸੀਂ ਈ ਸ਼ਰਮ ਪੋਰਟਲ ਦੀ ਵੈਬਸਾਈਟ ਤੇ ਜਾਓ ਇੱਥੇ ਜਿਨ੍ਹਾਂ ਦਾ ਅਦਾ ਮੋਬਾਈਲ ਨੰਬਰ ਲਿੰਕ ਨਹੀਂ ਹੈ ਉਹਨਾਂ ਨੂੰ ਰਜਿਸਟ੍ਰੇਸ਼ਨ ਲਈ ਸੀਐਸ ਸੀ ਜਾਣਾ ਹੋਵੇਗਾ ਜਿਹੇ ਕਾਮੇ ਦਾ ਬਾਇਓਮੈਟ੍ਰਿਕ ਪਰਮਾਨਜ਼ਰੀ ਰਜਿਸਟ੍ਰੇਸ਼ਨ ਹੋਏਗੀ ਈ ਸ਼ਰਮਾ ਕਾਰ ਨੂੰ ਸੀ ਐਸ ਦੇ ਕਾਗਜ਼ ਤੇ ਪ੍ਰਿੰਟ ਕਰਕੇ ਕਾਮੇ ਦੇ ਦੇਵੇਗਾ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਫ੍ਰੀ ਹੋਵੇਗੀ ਕੌਣ ਕੰਨ ਕਰ ਸਕਦਾ ਹੈ ਰਜਿਸਟ੍ਰੇਸ਼ਨ ਅਜਿਹੇ ਕਾਮੇ ਜਿਨ੍ਹਾਂ ਦੀ ਉਮਰ 16 ਤੋਂ 59 ਸਾਲ ਹੈ ईपीएफ ਜਾਂ ਇਸ ਇਸ ਲਾਬ ਲੈਸ ਅਤੇ ਜਿਹੇ ਕਾਮੇ ਜਿਹਨਾਂ ਨੂੰ ਕੰਟਰੈਕਟ ਨਹੀਂ ਪਰਦੇ ਜਿਹੇ ਕਾਮੇ ਜੋ ਸਰਕਾਰੀ ਮੁਲਾਜ਼ਮ ਨਹੀਂ ਨੇ ਖਬਰ ਰਾ ਸਭ ਦੇਖਾ ਨਹੀਂ ਲੋ